ਵਾਹ 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 ਇੱਕ ਸ਼ਬਦ ਪਹਿਲਾਂ ਅਸੀਂ ਪੜ੍ਹ ਲਈਏ। ਹਾਂ ਪੜ੍ਹੋ। ਇਹ ਸ਼ੁਰੂ ਹੈ ਪਾਲੀ ਹੋਈ ਕਰ ਸਾਧੂ ਆਏ, ਪਾਲੀ ਹੋਈ ਕਰ ਸਾਧੂ ਆਏ, ਮੇਰਾ ਪਿਆ ਸੁਹਾਵਾਂਗਣਾਏ, ਮੇਰਾ ਪਿਆ ਸੁਹਾਵਾਂਗਣਾ ਜੀ। ਸੰਤ ਮੇਲੇ ਮਨ ਸੀਤਲ ਹੋਇਆ, ਸੰਤ ਮੇਲੇ ਮਨ ਸੀਤਲ ਹੋਇਆ। ਅਰਥ ਤੁਸੀਂ ਦੱਸੀ ਜਾਣਾ ਬਾਣੀ ਨੇ, ਕਿਉਂ ਮੈਂ ਪੜ੍ਹਿਆ ਨੀ ਨਾ। ਕੋਈ ਗੱਲ ਨੀ, ਅਰਥ ਆਪੇ ਪਤਾ ਲੱਗਦਾ ਵੀ ਸਾਦੇ ਹੀ ਨੇ। ਵਾਹ 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 ਵਾਹ। ਇਸ ਤਰ੍ਹਾਂ ਜੀ ਹੁਣ ਸਾਧ ਸੰਗਤ ਬੈਠੀ ਹੈ ਨਾ, ਇਸ ਤਰ੍ਹਾਂ ਥਲਾ ਸਾਹਿਬ ਬੈਠੇ ਸੰਗਤ ਅਤੇ ਮਹਾਰਾਜ ਜੀ ਵਿੱਚ ਬੈਠੇ ਆ ਗਏ, ਵਿੱਚ ਬੈਠੇ ਆ ਗਏ ਅਤੇ ਖੁਸ਼ੀ ਦੇ ਵਿੱਚ ਆਏ ਅਤੇ ਆਖਣ ਲੱਗੇ ਭਾਈ ਸਾਧ ਸੰਗਤ ਸਾਰੇ ਆ ਜਿਹੜੇ ਸਾਧ ਲੈਣਾ, ਇਹ ਸਾਰੇ ਇੱਕ ਇੱਕ ਸ਼ਬਦ ਸੁਣਾਓ, ਸਾਰੇ ਸੁਣਾਓ ਸ਼ਬਦ ਜੀ ਕੋਈ ਤੁਸੀਂ ਹੁਣ ਆਖਣ ਡੇ ਹੋ ਸੁਣਾਓ। ਉਹ ਮਹਾਰਾਜ ਆਖਣਾ ਸਭ ਸੁਣਾਓ। ਮੈਂ ਵਿੱਚ ਬੈਠਾ, ਮੈਂ ਆਖਿਆ ਵੀ ਮੈਂ ਤਾਂ ਨਾ ਪੜ੍ਹਿਆ ਨਾ ਕੋਈ ਸ਼ਬਦ ਮੈਨੂੰ ਆਉਂਦਾ, ਮੈਂ ਕੀ ਕਰਾਂ, ਮੈਂ ਕੀ ਕਰਾਂਗਾ, ਇਹ ਮੈਨੂੰ ਦਿਲ ਚਲਾ ਮੇਰੇ ਨਾਲ ਆਸ ਪਾਸੇ ਤੁਸੀਂ ਬੈਠੇ ਹੋ ਨਾ, ਇਸ ਤਰ੍ਹਾਂ ਮਹਾਰਾਜ ਬਹਿ ਗਏ ਮੇਰੇ ਨਾਲ। ਅਤੇ ਉਹ ਫਿਰ ਦੇਖ ਮੇਰੀ ਵਾਰੀ ਆਈ ਨਾ, ਅਤੇ ਮਹਾਰਾਜ ਸਭ ਲੈ ਲਿਆ ਨਾਲ, ਮੈਂ ਬੋਲਣ ਲੈ ਲਿਆ ਨਾਲ ਬੋਲਣ ਲੈ ਲਿਆ। ਉਹ ਮੈਨੂੰ ਹੁਣ ਆਇਆ ਤਾਂ ਭੁੱਲ ਗਿਆ ਵੀ ਕਿਹੜਾ ਸਭ ਮੈਂ ਪੜ੍ਹਿਆ ਸੀ। ਉਹ ਫਿਰ ਮਹਾਰਾਜ ਨਾਲ ਮੈਨੂੰ ਸਭ ਸਾਰਾ ਪੜ੍ਹਾਇਆ ਨਾਲ, ਠੀਕ ਸਾਰਾ ਪੜ੍ਹਾਇਆ। ਮਹਾਰਾਜ ਨੇ ਮੇਰੇ ਨਾਲ ਬੜੇ ਚੋਜ ਕੀਤੇ ਨੇ, ਬੜੇ ਚੋਜ ਕੀਤੇ ਨੇ, ਉਹੀ ਤਾਂ ਸੁਣਨਾ ਹੈ। ਅਤੇ ਇਸ ਕਰਕੇ ਪਹਿਲੇ ਅੱਧ ਅਤੇ ਸਾਡੇ ਲੜਕੇ ਨੂੰ ਕੋਈ ਵਾਈ ਜੀ ਬਣ ਗਈ ਸੀ, ਉਹ ਬਲੀ ਸਿੰਘ ਜਿਹੜਾ ਵੱਡਾ ਪਠਾਨਕੋਟ ਹੁੰਦਾ ਉਹਨੂੰ, ਅਤੇ ਬਣ ਬਿਲਕੁਲ ਨਜਾਇਜ਼ ਗਈ, ਕੋਈ ਕਸੂਰ ਹੀ ਨਹੀਂ ਉਹਦਾ। ਅਤੇ ਉਹ ਮੈਂ ਉਹਨੂੰ ਪੁੱਛਿਆ ਵੀ ਸੁਣਾ, ਆਖਣਗਾ ਮੇਰੀ ਨੌਕਰੀ ਵੀ ਲੈ ਜਾਣੀ ਹੈ, ਅਤੇ ਮੈਨੂੰ ਬੜਾ ਉਹਦਾ ਫਿਕਰ ਲੱਗਾ, ਮੈਨੂੰ ਤਾਂ ਪਤਾ ਹੀ ਨਹੀਂ ਕੋਈ ਸਰਕਾਰੀ ਬਕਸੇ ਹਨ ਅਤੇ ਕੀ ਗੱਡੀਆਂ ਆਈਆਂ ਫਿਰੋਜ਼ਪੁਰ ਮਿਲਟਰੀ ਦੀਆਂ, ਅਤੇ ਉਹਦੇ ਵਿੱਚ ਕੋਈ ਸਲਾਹ ਸੀ ਕਦੇ ਕੀ ਸੀ, ਅਤੇ ਜਿੰਨੇ ਜਿੰਨੇ ਗੱਡੀ 'ਚ ਹੈ ਸਨ ਨਾ ਉਹਨੇ ਉਹਨੇ ਮੈਂ ਲਿਖੀ ਗਿਆ ਅਤੇ ਉਹ ਸਾਰਾ ਲਵਾਇਆ। ਰਾਹ ਦੇ ਵਿੱਚ ਇੱਕ ਸੂਬੇਦਾਰ ਅਤੇ ਡਰਾਈਵਰ ਜਿਹੜਾ ਹੈ ਨਾ, ਉਹ ਸੂਬੇਦਾਰ ਜਿਹੜਾ ਸੀ ਉਹ ਬੇਈਮਾਨ ਹੋ ਗਿਆ, ਅਤੇ ਉਹਨੂੰ ਪਤਾ ਹੋਣਾ ਵੀ ਵਿੱਚ ਬਕਸਿਆਂ ਦੇ ਕੀ ਹੈ ਕੀ ਕੁਛ ਸੀ। ਰਾਹ 'ਚ ਉਹਦਾ ਪਿੰਡ ਸੀ, 30 ਗੱਡੀਆਂ ਸੀ ਉਸ ਉੱਥੋਂ ਪਠਾਨਕੋਟ ਆਉਣਾ ਫਿਰੋਜ਼ਪੁਰੋਂ ਉਗੜੀਆਂ, ਅਤੇ ਰਾਹ ਦੇ ਵਿੱਚ ਉਹਨਾਂ ਬੇਈਮਾਨ ਹੋ ਗਏ ਜੀ, ਉਹਨਾਂ ਗੱਡੀ ਜਦੋਂ ਉਹਦਾ ਪਿੰਡ ਲੱਗ ਗਿਆ ਨਾ, ਉਹਨੇ ਗੱਡੀ ਹੌਲੀ ਕਰ ਲਈ ਜਰਾ, ਅਤੇ
ਉਹ ਪਿੰਡ ਨੂੰ ਚਲੇ ਗਏ, ਪਿੰਡ ਆਪਣੇ ਚਲੇ ਗਏ। ਜਾ ਕੇ ਉਹਨੇ ਦੋ ਬਕਸੇ ਲਾ ਕੇ ਨਾ ਅਤੇ ਆਪਣੇ ਕਮਾਦ ਦੇ ਵਿੱਚ ਦੱਬ ਛੜੇ, ਦੱਬ ਕੇ ਵੀ ਸਵੇਰ ਮੌਕਾ ਹੋਇਆ ਅਤੇ ਦਵਾ ਦਬ ਪੀ ਕੇ ਚਾਹ ਪਾਣੀ ਤੁਰ ਪਏ। ਆ ਕੇ ਦੂਜੇ ਗੱਡੀ ਵਾਲਿਆਂ ਨੂੰ, ਆਪਣੇ ਸਾਥੀਆਂ ਸਾਰਿਆਂ ਨੂੰ ਆਖਣ, ਡਰਾਈਵਰਾਂ ਨੂੰ, ਅਤੇ ਸਾਡੀ ਵੀ ਗੱਡੀ ਵਿਗੜ ਗਈ ਸੀ, ਇਸ ਕਰਕੇ ਅਸੀਂ ਲੇਟ ਹੋ ਗਏ, ਇਸ ਕਰਕੇ ਹੋ ਗਏ ਅਤੇ ਕੰਮ ਇਹ ਕਰਕੇ। ਉਹ ਫਿਰ ਉਸ ਮਹੀਨਾ ਇੱਕ ਬਾਅਦ ਉਹ ਫਿਰ ਜਿੱਦੇ ਹਿਸਾਬ ਹੋਇਆ ਬਕਸਿਆਂ ਦੇ, ਬਕਸੇ ਇੰਨੇ ਆਏ ਪਿੱਛੋਂ ਦੇ, ਦੋ ਬਕਸੇ ਕੱਟ ਲਏ। ਉਹ ਆਖਣਗੇ ਜੇ ਕਿਹੜਾ ਸੀ ਮੌਕੇ ਦੇ, ਆਖਣਗੇ ਬਲੀ ਸਿੰਘ ਸੀ, ਉਹ ਕਲਰਕ ਉਹਨੇ ਦਵਾਏ, ਉਹਨੂੰ ਕਰੋ ਪੁੱਛੋ ਕਿਉਂ ਕਿਹਦੇ ਗਏ ਬਕਸੇ ਦੋ, ਉਹਨੂੰ ਪਤਾ ਹੀ ਨਾ ਇਸ ਗੱਲ ਦਾ ਕਿ ਆ ਗੱਲ ਕੁਛ ਹੋ ਗਈ ਹੈ। ਜਿਹਨੇ ਜਿਹਨੇ ਲਿਖੇ ਉਹਨੇ ਉਹਨੇ ਲਿਖ ਲਿਆ ਉਹਨੇ ਕਾਪੀ 'ਤੇ, ਅਤੇ ਉਹ ਫਿਰ ਬੜਾ ਪਛੇਮਾਨ ਹੋਇਆ। ਮੈਨੂੰ ਇਹ ਫਿਰ ਆ ਕੇ ਆਖਣ ਲੱਗਾ, ਮੈਂ ਇੱਥੇ ਹਾਂ, ਆਖਣ ਆਹ ਗੱਲ ਹੋ ਗਈ ਹੈ ਅਤੇ ਮੇਰੀ ਵੀ ਨੌਕਰੀ ਵੀ ਲੈ ਜਾਣੀ ਹੈ ਅਤੇ ਮੈਨੂੰ ਪਤਾ ਹੀ ਨਹੀਂ ਅਤੇ ਮੈਨੂੰ ਹਟਾਇਆ ਨਹੀਂ। ਮੈਂ ਤੇਰਾ ਕਸੂਰ ਕੋਲ ਨਾ ਆਖਾਂਗਾ, ਬਿਲਕੁਲ ਹੀ ਮੇਰਾ ਕਸੂਰ ਕੋਲ। ਮੈਂ ਮੈਨੂੰ ਚਿੱਠੀ ਲਿਖ ਦੀ, ਹੁਣ ਚਿੱਠੀ ਲਿਖਤੀ ਅਤੇ ਮੈਂ ਚਿੱਠੀ ਮਾਰ, ਗਰਮੀਆਂ ਦੇ ਦਿਨ ਸੁਣਿਆ ਹੋ ਜਾਏ, ਮੈਂ ਚਿੱਠੀ ਮਹਾਰਾਜ ਦੇ ਅੱਗੇ ਧਰਦੀ, ਚਿੱਠੀ ਧਰਦੀ ਅਤੇ ਮਹਾਰਾਜ ਚਿੱਠੀ ਦੇ ਕੇ ਅਤੇ ਮੈਂ ਪਿਛਾਂ ਹੋ ਗਿਆ, ਪਿਛਾਂ ਹੋ ਗਿਆ। ਮਹਾਰਾਜ ਨੇ ਕੋਈ ਚਿੱਠੀ ਉਹ ਪੜ੍ਹ ਲਈ ਨਾ, ਅਤੇ ਫਿਰ ਜਲ ਵਰਤ ਗਏ ਅਤੇ ਦੁਪਹਿਰਾਂ ਹੋਈਆਂ ਅਤੇ ਗਿਆਨ ਸਿੰਘ ਜਿਹੜਾ ਗੁਰੇਜ ਸੀ ਨਾ ਢਿੱਲੀ ਵਾ, ਉਹ ਫਿਰ ਉਹ ਸਾਡਾ ਰਿਸ਼ਤੇਦਾਰ ਸੀ, ਸਾਡੇ ਭਨੇਵੇਂ ਦਾ ਸਾਲਾ ਸੀ। ਉਹ ਫਿਰ ਆਖਣ ਲੱਗੇ ਵੀ ਤੈਨੂੰ ਮਹਾਰਾਜ ਯਾਦ ਕੀਤਾ ਵੀ ਇਹਨਾਂ ਚਿੱਠੀ ਦਿੱਤੀ, ਕਿੱਥੇ ਨੇ ਉਹ? ਅਤੇ ਮੈਂ ਕਿਹਾ ਮੈਂ ਤਾਂ ਇੱਥੇ ਹੀ ਸਾਂ। ਆਖਣ ਤੈਨੂੰ ਯਾਦ ਕੀਤਾ, ਮੈਂ ਆਇਆ ਅਤੇ ਪਿਛਲਾ ਪੈਰ ਹੋ ਗਿਆ ਲੋਡਾ ਦਾ। ਉਹ ਫਿਰ ਵੇਖਿਆ ਅਤੇ ਮੈਂ ਮਹਾਰਾਜ ਜਲ ਵਰਤ ਕੇ ਆਏ ਅਤੇ ਨਿਊੜੀ ਦੇ ਵਿੱਚ ਖਲੋਤੇ ਆ ਗਏ ਅਤੇ ਮੈਂ ਨਮਸਕਾਰ ਕੀਤੀ, ਨਮਸਕਾਰ ਕੀਤੀ ਅਤੇ ਵੇਖੋ ਉਹ ਚਿੱਠੀ ਦਾ ਉੱਤਰ ਦੇਣ ਲੱਗੇ। ਉਹ ਫਿਰ ਮੈਨੂੰ ਕੀਤੇ ਨੇ ਵੀ ਮੈਂ ਨਮਸਕਾਰ ਕੀਤੀ ਅਤੇ ਆਖਣ ਲੱਗੇ, ਬਾਹ ਫੜ ਗਿਆ ਸਾਂ, ਤੁਹਾਡੇ ਕੰਮ ਅੱਜ ਤੋਂ ਹੁਣ ਮਹਾਰਾਜ ਕਰਨਗੇ, ਤੁਹਾਡੇ ਕੰਮ ਅੱਜ ਤੋਂ ਮਹਾਰਾਜ ਕਰਨਗੇ। ਇਹ 3 ਵਾਰੀ ਵਜਨ ਕੀਤਾ ਅਤੇ ਮੈਂ 7 ਵਜੇ ਮੈਂ ਚੁੱਗਾ ਗਿਆ। ਉਹ ਫਿਰ ਇੰਨੀ ਮੋਟੇ ਇੰਨੀ ਕਿਰਪਾ ਕਰ ਗਏ ਅਤੇ ਮੈਂ ਬਲੀ ਸਿੰਘ ਨੂੰ ਆਖਿਆ, ਮੈਂ ਆਹ ਵਜਨ ਤੇਰਾ ਹੋਇਆ, ਚਿੱਠੀ ਦਾ ਉੱਤਰ ਦੇ ਆ ਗਏ ਅਤੇ ਕੱਢ 100 ਰੁਪਈਆ, ਮੈਂ ਪ੍ਰਸਾਦ ਕਰਵਾ ਲਈਏ ਅਤੇ ਉਹ ਫਿਰ ਕੰਮ ਸਿੱਧਾ ਹੋ ਜਾਣਾ ਹੀ ਹੁਣ, ਬਖਸ਼ ਕਰਤੀ ਨੇ ਮਹਾਰਾਜ। ਮਹਾਰਾਜ ਨੇ ਉਹ ਫਿਰ ਗੁਫੀਆਂ ਪੁਲਿਸ ਡਾ ਕੇ ਅਤੇ ਉਹ ਜਿਹੜੇ ਲੱਭ ਕੇ ਆਏ ਹਨ ਉਹਨਾਂ ਦੇ ਪਿੰਡ ਗਏ ਅਤੇ ਫਲਾਣਾ ਫਲਾਣਾ ਆਦਮੀ ਇੱਥੇ ਆਏ ਸਨ ਕਦੇ? ਉਹ ਆਖਣਗੇ ਪਹਿਲਾਂ ਆਖਣਗੇ ਨਹੀਂ, ਫਿਰ ਇੱਕ ਜਨਮ ਵਿੱਚ ਕੋਈ ਆ, ਉਹ ਇੱਕ ਦਿਨ ਆਏ ਹਨ ਰਾਤ ਦੀ, ਰਾਤ ਦੇ ਸਵੇਰੇ ਤੁਰ ਗਏ ਹਨ, ਸਵੇਰੇ ਤੁਰ ਗਏ, ਆਖਣਗੇ ਆਏ ਦੇ ਸਨ ਗਏ ਆਹੋ ਆਖੇ ਬਸ। ਫਿਰ ਜਾ ਕੇ ਉਹਨੂੰ ਆਖਿਆ ਬਲਾ ਬਈ ਸੋਹਣਿਆ ਬਕਸੇ ਜਿਹੜੇ ਨੇ ਚੁੱਪ ਜਾਓ, ਚੁੱਪ ਕਰਕੇ ਦੇ ਦੇ, ਨਹੀਂ ਦੇ ਮਾਰ ਮਾਰ ਕੇ
ਤੇਰੀ ਜਾਨ ਗੁਆ ਦੇਣੀ ਆ, ਤੂੰ ਬਖਸ਼ੇ ਵੀ ਲੈ ਦੇਣੇ ਆ। ਉਹ ਆਖਣ ਲੱਗਾ ਵੀ ਕੇਸ ਪੱਕੇ ਆਦਮੀ ਨੇ ਤਾਂ ਕੀ ਗੱਲ ਇਹਨਾਂ ਨੂੰ, ਅਤੇ ਬਖਸ਼ੇ ਵੀ ਠੀਕ ਮੈਂ ਕੱਢ ਕੇ ਦਾ ਪਾਇਆ। ਆਖਣ ਲੱਗਾ ਜੀ ਮੈਨੂੰ ਮਾਫ਼ੀ ਦੇ ਦਿਓ, ਅਸੀਂ ਮਾਫ਼ੀ ਦੇ ਦਿਆਂ। ਚੱਲ ਫਿਰ ਜਾਂ ਗੱਡੀ ਲੈਂਦੇ ਗਏ, ਜਾ ਕੇ ਬਖਸ਼ੇ ਨੂੰ ਪੁੱਟ ਕੇ ਕਮਾਲ ਨੇ ਜੋ ਦੇ ਲਏ। ਉਹ ਫਿਰ ਸਾਰੇ ਅਸੀਂ ਇਕੱਠੇ ਹੋ ਕੇ ਆਖਣ ਲੱਗੇ ਬਲੀ ਸਿੰਘ ਬੀਬੀ ਮਾਫ਼ੀ, ਇਹਨੂੰ ਵੀ ਮਾਫ਼ੀ, ਇਹਨੂੰ ਕੋਈ ਚੀਜ਼ ਵਿੱਚੋਂ ਕੱਢੀ ਹੀ ਨਹੀਂ। ਤਿੰਨ ਬਲੀ ਸਿੰਘ ਨੂੰ ਪਤਾ ਹੀ ਨਹੀਂ ਵੀ ਕੀ ਕਰ ਲਿਆ ਨੇ ਕੀ ਨਹੀਂ, ਹੁਣ ਜਿੰਨੇ ਜਿੰਨੇ ਲੱਥਿਆ ਨੇ ਉਹਨਾਂ ਨੇ ਗਿਣ ਛੇੜੇ ਨੇ ਵਿਚਾਰੇ ਨੇ, ਉਹਨੇ ਵੀ ਨੌਕਰੀ 'ਤੇ ਲਾ ਲਓ। ਬਸ ਇਹ ਬਚਨ ਇੱਦਾਂ ਮਹਾਰਾਜ ਕੰਮ ਕਰਦਾ ਆਪਣੇ, ਇਸ ਤਰ੍ਹਾਂ ਕੰਮ ਕਰਦੇ।